ਆਇਆਂ ਨੂੰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਪੰਜਾਬ ਦੇ ਤਮਾਮ ਸਾਰਥਕ ਮੁੱਦਿਆਂ ਨੂੰ ਲੈ ਕੇ 1 ਨਵੰਬਰ ਨੂੰ ਇੱਕ ਮਹਾ ਚਰਚਾ ਇੱਕ ਪੋਲੀਟੀਕਲ ਡਿਸਕੋਰਸ ਜਿਹੜਾ ਬੁਲਾਇਆ ਗਿਆ ਹੈ ਉਹ ਸਿਰਫ ਜਿਹਨੂੰ ਕਹਿ ਸਕਦੇ ਹੋ ਤੁਸੀਂ ਕੱਲ੍ਹ ਦਾ ਦਿਨ ਅੱਜ ਦਾ ਦਿਨ ਹੀ ਬਲਾਸਟ ਹੈ ਕੱਲ੍ਹ ਨੂੰ ਜਿਹੜਾ ਆ 12 ਵਜੇ ਲੁਧਿਆਣੇ 'ਚ ਹੋਣ ਜਾ ਰਿਹਾ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਪੰਜਾਬ ਦੇ ਉਹ ਰਾਜਨੀਤਿਕ ਪਾਰਟੀਆਂ ਚਾਹੇ ਉਹ BJP ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਕਾਂਗਰਸ ਔਰ ਕਾਂਗਰਸ ਪ੍ਰਧਾਨ ਦੇ ਨਾਲ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਨੂੰ ਇਸ ਰਾਜਨੀਤਿਕ ਚਰਚਾ ਵਾਸਤੇ ਬੁਲਾਇਆ ਗਿਆ ਹੈ ਔਰ ਇਹ ਪੂਰੀ ਤਰ੍ਹਾਂ ਇੱਕ ਪੋਲੀਟੀਕਲ ਚਰਚਾ ਰਹੂਗੀ। ਮੈਂ ਅੱਜ ਦੇਖ ਰਿਹਾ ਸੀ ਕਿ ਜਾਖੜ ਸਾਹਿਬ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਆ, ਬਿਕਰਮ ਮਜੀਠੀਆ ਸਾਹਿਬ ਨੇ ਵੀ ਕੀਤੀ ਹੈ। ਤੋ ਮੋਟੇ ਮੋਟੇ ਤੌਰ 'ਤੇ ਜਿਹੜਾ ਰਵੱਈਆ ਵਿਰੋਧੀ ਪਾਰਟੀਆਂ ਦਾ ਹੈ ਉਹਦੇ 'ਚ ਤਾਂ ਐਂ ਲੱਗ ਰਿਹਾ ਵੀ ਇਹ ਕਿਤੇ ਨਾ ਕਿਤੇ ਇਸ ਬਹੁਤ ਇੰਪੋਰਟੈਂਟ ਮੁੱਦਿਆਂ ਤੋਂ ਚਰਚਾ ਤੋਂ ਭੱਜਣਾ ਚਾਹੁੰਦੇ ਆ, ਪਾਰਟੀਸਪੇਟ ਨਹੀਂ ਕਰਨਾ ਚਾਹੁੰਦੇ। ਪਰ ਤੁਹਾਡੇ ਰਾਹੀਂ ਮੈਂ ਫਿਰ ਉਹਨਾਂ ਨੂੰ ਰਿਕੁਐਸਟ ਕਰਦਾ, ਅਪੀਲ ਕਰਦਾ ਕਿ 1 ਨਵੰਬਰ ਨੂੰ ਹੋਣ ਜਾ ਰਹੀ ਇਸ ਇੰਪੋਰਟੈਂਟ ਪੋਲੀਟੀਕਲ ਚਰਚਾ 'ਚ ਜ਼ਰੂਰ ਜਾਖੜ ਸਾਹਿਬ, ਸੁਖਬੀਰ ਸਿੰਘ ਬਾਦਲ ਸਾਹਿਬ, ਪ੍ਰਤਾਪ ਬਾਜਵਾ ਜੀ ਔਰ ਰਾਜਾ ਵੜਿੰਗ ਬਤੌਰ ਕਾਂਗਰਸ ਪ੍ਰਧਾਨ ਹਿੱਸਾ ਲੈਣ ਔਰ ਅਸੀਂ ਉਮੀਦ ਕਰਦੇ ਹਾਂ। ਅੱਜ ਬਿਕਰਮ ਸਿੰਘ ਮਜੀਠੀਆ ਜੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ 'ਤੇ ਕੁਛ ਸਵਾਲ ਖੜ੍ਹੇ ਕੀਤੇ ਆ। ਹਾਲਾਂਕਿ ਅਸੀਂ ਫਿਰ ਕਹਿੰਦੇ ਹਾਂ, ਮਾਣਯੋਗ ਮੁੱਖ ਮੰਤਰੀ ਜੀ ਨੇ ਪਹਿਲੇ ਦਿਨ ਤੋਂ ਇਹ ਕਿਹਾ ਹੈ ਵੀ ਤੁਸੀਂ ਸਾਰੇ ਗੁਰੂਆਂ ਦੀ ਬਾਣੀ, ਮੈਂ ਇੱਕ ਵਾਰ ਤੁਹਾਨੂੰ ਏਜੰਡਾ ਵੀ ਦੱਸ ਦਿੰਦਾ ਤਾਂ ਕਿ ਜੋ ਮਾਣਯੋਗ ਮੁੱਖ ਮੰਤਰੀ ਜੀ ਨੇ ਖੁੱਲ੍ਹਾ ਸੱਦਾ ਦਿੱਤਾ ਸੀ ਇਹਨਾਂ ਪਾਰਟੀਆਂ ਨੂੰ, ਪਾਰਟੀਆਂ ਦੇ ਪ੍ਰਧਾਨਾਂ ਨੂੰ, ਉਹਨਾਂ 'ਚ ਉਹਨਾਂ ਨੇ ਕਿਹਾ ਸੀ ਪੰਜਾਬ ਦੇ ਤਮਾਮ ਉਹ ਮੁੱਦੇ ਕਿ ਕਿੰਨੇ ਪੰਜਾਬ ਨੂੰ ਲੁੱਟਿਆ, ਭਾਈ ਭਤੀਜੇ, ਸਾਲੇ ਜੀਜੇ, ਮਿੱਤਰ ਮੁਲਾਜੇ, ਟੋਲ ਪਲਾਜੇ, ਜਵਾਨੀ, ਕਿਸਾਨੀ, ਵਪਾਰ, ਦੁਕਾਨਦਾਰ, ਗੁਰੂਆਂ ਦੀ ਬਾਣੀ ਅਤੇ ਨਹਿਰਾਂ ਦਾ ਪਾਣੀ। ਤੋ ਮੋਟੇ ਮੋਟੇ ਤੌਰ 'ਤੇ ਸਾਰੇ ਮੁੱਦੇ, ਚਾਹੇ ਉਹ SYL ਦਾ ਹੈ, ਚਾਹੇ ਗੁਰਬਾਣੀ ਅਤੇ ਏਕਾਧਿਕਾਰ ਦੀ ਗੱਲ ਹੈ, ਚਾਹੇ ਜਵਾਨੀ ਜਾਂ ਕਿਸਾਨੀ ਪੋਲਿਸੀ ਨਹੀਂ ਬਣੀ, ਤਮਾਮ ਮੁੱਦਿਆਂ 'ਤੇ ਕਵਰ ਹੁੰਦੇ ਆ। ਲੇਕਿਨ ਮਜੀਠੀਆ ਸਾਹਿਬ ਦਾ ਇਹ ਕਹਿਣਾ ਵੀ ਸੁਪਰੀਮ ਕੋਰਟ 'ਚ ਜਾ ਕੇ ਆਮ ਆਦਮੀ ਪਾਰਟੀ ਨੇ ਇੱਕ ਮਤਲਬ ਕੰਸੈਂਟ ਦੇ ਦਿੱਤੀ ਹੈ ਮਾਨ ਸਾਹਿਬ ਦੀ ਸਰਕਾਰ ਨੇ ਕਿ ਅਸੀਂ ਤਾਂ ਨਹਿਰ ਬਣਾਉਣ ਨੂੰ ਤਿਆਰ ਹਾਂ ਕਿ ਵਿਰੋਧੀ ਧਿਰ ਨਹੀਂ ਬਣਾਉਣੇ ਚਾਹੁੰਦੇ। ਮੈਂ ਤੁਹਾਡੇ ਰਾਹੀਂ ਮਜੀਠੀਆ ਸਾਹਿਬ ਨੂੰ ਇਹ ਚੈਲੰਜ ਕਰਦਾ, ਚੁਣੌਤੀ ਦਿੰਦਾ ਕਿ ਤੁਹਾਡੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਨਵਾਈਟ ਕੀਤਾ, ਤੁਸੀਂ ਉਹਨਾਂ ਨੂੰ ਵੀ ਇਹ ਕਾਗਜ਼ ਫੜਾ ਦਿਓ ਕਿ ਜਿੱਥੇ ਆਮ ਆਦਮੀ ਪਾਰਟੀ ਪਿਛਲੇ 1.5 ਸਾਲ 'ਚ ਪੰਜਾਬ ਦੇ ਖਿਲਾਫ ਕਿਤੇ ਵੀ ਭੁਗਤੀ ਹੋਵੇ ਉਹ ਡਾਕੂਮੈਂਟ ਜ਼ਰੂਰ ਲੈ ਕੇ ਆਉਣ। ਇਹ ਸਾਡਾ ਮੇਰਾ ਚੈਲੰਜ ਹੈ ਵਿਕਰਮ ਮਜੀਠੀਆ ਜੀ ਨੂੰ ਕਿ ਸੁਪਰੀਮ ਕੋਰਟ 'ਚ ਜਾਂ ਕਿਤੇ ਵੀ ਮਾਨ ਸਾਹਿਬ ਦੀ ਸਰਕਾਰ ਨੇ ਇਹ ਕੋਈ ਕਿਤੇ ਕਿਹਾ ਹੋਵੇ ਜਾਂ ਕੋਈ ਡਾਕੂਮੈਂਟ ਦਿੱਤਾ ਹੋਵੇ ਕਿ ਪੰਜਾਬ ਦਾ ਪਾਣੀ ਜਿਹੜਾ ਮਰਜ਼ੀ ਲੈ ਜੇ ਅਸੀਂ ਤਿਆਰ ਹੈ। ਅਤੇ ਮਜੀਠੀਆ ਸਾਹਿਬ ਤੁਹਾਨੂੰ ਚੁਣੌਤੀ ਹੈ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੱਥ 'ਚ ਕਾਗਜ਼ ਫੜਾ ਕੇ ਭੇਜੋ। ਦੂਜੀ ਗੱਲ, ਤੁਸੀਂ ਉਹ ਵੀ ਕਾਗਜ਼ ਫੜਾ ਕੇ ਭੇਜੋ ਜਿਹੜਾ ਗੁੜਗਾਵਾਂ 'ਚ 5-star ਹੋਟਲ ਵਾਸਤੇ ਪਲਾਟ ਜਿਹੜਾ ਅਲੋਟ ਹੋਇਆ ਸੀ ਉਹਦੀ ਰਜਿਸਟਰੀ, ਜੇ ਤੁਸੀਂ ਨਹੀਂ ਭੇਜ ਸਕਦੇ ਸਾਡੇ ਮੁੱਖ ਮੰਤਰੀ ਜੀ ਕੋਲ ਜ਼ਰੂਰ ਹੋਊਗੀ। ਪਰ ਮੇਰੀ ਤੁਹਾਨੂੰ ਵੀ ਬੇਨਤੀ ਹੈ ਮਜੀਠੀਆ ਸਾਹਿਬ,
गुड़गावां प्लाट की रजिस्टरी का कागज भी सुखबीर सिंह बादल साहब नू दे के भेजन। लेकिन डेढ़ साल की मान साहब की सरकार ने किते भी पंजाब दे अंगेंस्ट कोई गल की होए, पंजाब दे हितां नू लैके कोई कंप्रोमाइज किया होए ते ओ भी कागज उन्होंने दे के भेजो। ता ही असी वार वार ये गल कह रहे हैं कि तुसी अपने कागज ले आओ, एवें इधर उधर बयान दे दें, कोई इधर इंटरव्यू दे देंगे, कोई कितने दे देंगे भी फला आ करता जी ढकाना करता। तो तमाम मुद्दों पर जे तुहाडे को कोई एविडेंस हैगा है, कोई किसी तरह का कोई तुहाडे को प्रूफ है तो काइंडली सुखबीर सिंह बादल जी नू दे के भेजन, ताकि दुध का दुध ते पानी का पानी हो जूगा कि पंजाब दे तमाम मुद्दों पर किन्ना ने कंप्रोमाइज कीता, किन्ना ने अपने हित साधे ते किन्ना ने पंजाब की लुट सुट की। दूजी गल जाखड़ साहब नू 2016 च जाखड़ साहब कहिंदे सी कि प्रधानमंत्री जी चाहे, जाखड़ साहब के यही शब्द से, जाखड़ साहब सुन लियो तुसी भी, कि प्रधानमंत्री चोण ते एक मिनट च पानिया का मसला हल हो सकता है। हालांकि जाखड़ साहब उदों कांग्रेस के प्रधान सी, अज ते जाखड़ साहब तुसी बीजेपी के प्रधान हो, जिहड़ा हरियाणा पंजाब तो पानी मंग रहा उत्थे भी भाजपा सरकार, ते जिहड़े देश की अगवाई वाली सरकार है वह भी भाजपा के प्रधानमंत्री मोदी जी। तो जाखड़ साहब क्यों नहीं मोदी साहब को पांच मिनट च, एक मिनट च, दो मिनट च, दस मिनट च मसला हल करवाउंदे, पंजाब के हक जिहड़े आ वापस लैके दिंदे। जाखड़ साहब बड़ा सौखा, एवें कदी लुधियाने जाके प्रैस कॉन्फ्रेंस करते हो, कदी कितें चंडीगढ़ करते हो। अज जे तुसी वाकई पंजाब के प्रति संवेदनशील हो, सीरीयस हो, दर्दी हो, तो पंजाब के हित हक वापस लैके दो, पानिया वाला भी तो चंडीगढ़ वाला भी। ये जाखड़ साहब तुहानू भी चुनौती है, एवें इधर उधर के ड्रामेबाजियां ना करो, बड़े सीनियर सत्कारयोग लीडर हो तुसी, रोज कैमरिया के सामने भाजपा के स्पोक्सपर्सन वांगू झूठ बोलन लग जाने हो। और जाखड़ साहब वास्ते असी प्रिविलेज भी रखिया थोड़ा जा, उन्होंने कल की डिबेट च जाखड़ साहब नू असी 30 मिनट की जगह मुख्यमंत्री जी ने कहा है उन्होंने 45 तो 50 और 55 मिनट भी देवांगे, क्योंकि जाखड़ साहब कांग्रेस के भी प्रधान रहे, जे उन्होंने बारे भी कोई गल करनी, उन्होंने पासे की भी कोई गल करनी, जाखड़ साहब वह भी कर लैन, तो तुहाडा बीजेपी वाला टाइम तो सिक्योर रहूगा जाखड़ साहब। इस करके तुहानू घबराउण की लोड़ नहीं, लेकिन ये ड्रामेबाजी हुण बंद करो, झूठ बोलना बंद करो। पंजाब का मुख्यमंत्री, पंजाब का सरकार कितने काणी है, तो मेरिया सारिया विरोधी धरां ये चैलेंज है, चुनौती है, कल वाली सार्थक चर्चा तो भज्यो ना, सारे कागज लैके आयो, बहाने आने बहाने ना लाओ। कभी कह दें वेन्यू ठीक नहीं है, कभी कह दें जो मंच संचालक ठीक नहीं है, ये सारे आने बहाने है, इहदा मतलब तुसी चर्चा जा हिस्सा नहीं बनना चाहते। और जे तुसी पंजाब दे इन्हां मुद्दियां ते हिस्सा नहीं बनना चाहते, इहदा मतलब तुसी पंजाब दे प्रति संजीदा नहीं हो, सीरीयस नहीं हो। और सब तो वड्डी गल, पंजाब दे लोकां नूं मैं बेनती करना चाहुंदा, अज पंजाब यूनिवर्सिटी च भी सैमीनार करा रहे आ, नहीं तो किसे टाइम ते विक्रम अजीठिया जी उत्थे नौजवानों नूं गैंगस्टर वाले राह धक्कण वास्ते जाने जांदे सी, हुण सीरीयस संजीदा डिबेटा सैमीनारां जाके दर्शक बन के बैठे आ। मेरा कांग्रेस नूं भी, भाजपा नूं भी, ते अकाली दल बादल नूं भी, क्योंकि तिन्ना ने पंजाब दे लोको, इन्हां तिन्ना ने इक्को टाइम पंजाब हरियाणा और दिल्ली च सरकारां हंडाईआं है। जदों इह सत्ता च हुंदे आ कदी वी इह पंजाब दे हक्कां दी गल नहीं करदे। दस दो तुसी, जदों काले किसान बिल बनने सी हरसिमरत कौर बादल जी बतौर कैबिनेट मंत्री कंसेंट करिया है, ते बाद च सुखबीर सिंह बादल साहब जदों 700 तो वध किसान शहीद हो गए, कुरबान हो गए, ते सुखबीर सिंह बादल साहब कहिंदे जी असी हरेक कुरबानी देण नूं तैयार है। यही अकाली दल बादल 1978 च नोटिफिकेशन जारी करता है कि नहर एक्वायर, जिहड़ी नहर की जमीन एक्वायर कर ली जाए, और देवी लाल साहब उसकी प्रेज करते हैं, बजीठिया साहब ये भी चिट्ठी जिहड़ी आ सुखबीर बादल साहब नूं दे के भेजो।
ਤੇ ਬਾਅਦ 'ਚ ਜਦੋਂ ਹਜ਼ਾਰਾਂ ਲੋਕ ਪਾਣੀ ਪਿੱਛੇ ਪੰਜਾਬ 'ਚ ਕੁਰਬਾਨ ਹੋ ਜਾਂਦੇ ਆ ਤੇ ਬਾਅਦ 'ਚ ਇਹ ਕਹਿ ਦਿੰਦੇ ਆ ਹੇ ਜੀ ਨਹੀਂ ਅਸੀਂ ਤਾਂ ਉਹ ਨੋਟੀਫਿਕੇਸ਼ਨ ਵਾਪਸ ਲੈ ਲਿਆ। 3 ਦਹਾਕਿਆਂ ਬਾਅਦ ਨੋਟੀਫਿਕੇਸ਼ਨ ਜਦੋਂ ਖੂਨ ਖਰਾਬਾ ਕਾਲਾ ਦੌਰ ਪੰਜਾਬ 'ਚ ਆਇਆ ਹਜ਼ਾਰਾਂ ਲੋਕ ਮਾਰੇ ਗਏ ਤੇ ਫਿਰ ਕਹਿ ਦਿੰਦੇ ਅਸੀਂ ਤਾਂ ਨੋਟੀਫਿਕੇਸ਼ਨ ਵਾਪਸ ਲੈ ਲਿਆ। ਸੋ ਪੰਜਾਬ ਦੇ ਲੋਕੋ ਇਹ ਕਦੀ ਵੀ ਜਦੋਂ ਜਦੋਂ ਇਹ ਸੱਤਾ 'ਚ ਰਹੇ ਆ ਜਦੋਂ ਜਦੋਂ ਇਹ ਸੈਂਟਰ 'ਚ ਰਹੇ ਆ ਪੰਜਾਬ 'ਚ ਰਹੇ ਆ ਜਾਂ ਭਾਈਵਾਲੇ ਹਰਿਆਣੇ 'ਚ ਰਹੇ ਆ ਚਾਹੇ ਉਹ ਕਾਂਗਰਸ ਚਾਹੇ ਅਕਾਲੀ ਦਲ ਬੀਜੇਪੀ ਇਹਨਾਂ ਨੇ ਕਦੀ ਪੰਜਾਬ ਦੇ ਹੱਕਾਂ ਨੂੰ ਲੈ ਕੇ ਕੋਈ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਕਰਵਾਇਆ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਸੈਂਟਰ ਸਰਕਾਰ ਦਾ ਇਹਦੇ 'ਚ ਅਹਿਮ ਰੋਲ ਹੈ। ਔਰ ਮੇਰਾ ਇਹਨਾਂ ਸਾਰੇ ਸਤਿਕਾਰਯੋਗ ਲੀਡਰ ਸਾਹਿਬਾਨਾਂ ਨੂੰ ਪਾਰਟੀਆਂ ਦੇ ਪ੍ਰਧਾਨ ਸਾਹਿਬਾਨਾਂ ਨੂੰ ਇਹ ਚੈਲੰਜ ਹੈ ਕਿ 1.5 ਸਾਲ 'ਚ ਅਗਰ ਮਾਨ ਸਾਹਿਬ ਦੀ ਸਰਕਾਰ ਨੇ ਕੋਈ ਵੀ ਪੰਜਾਬ ਵਿਰੋਧੀ ਫੈਸਲਾ ਲਿਆ ਤੇ ਉਹਦੇ ਵੀ ਕਾਗਜ਼ ਘਰ ਲੈ ਕੇ ਆਇਓ, ਪਰ ਇਸ ਚਰਚਾ ਤੋਂ ਹੁਣ ਭੱਜਿਓ ਨਾ। ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਮੀਡੀਆ ਜਿਹੜਾ ਚੌਥਾ ਥੰਮ ਹੈ, ਚੌਥਾ ਪਿੱਲਰ ਹੈ, ਫੋਰਥ ਪਿੱਲਰ ਆਫ ਡੈਮੋਕ੍ਰੇਸੀ, ਉਹਨੇ ਇਹਨੂੰ ਲਾਈਵ ਦੁਨੀਆ ਭਰ ਦੇ ਲੋਕਾਂ ਨੂੰ ਦਿਖਾਉਣਾ, ਘਰ ਘਰ ਟੀਵੀਆਂ 'ਤੇ, ਇੰਟਰਨੈਟ ਦੇ ਰਾਹੀਂ, ਫੋਨਾਂ ਦੇ ਰਾਹੀਂ, ਨਾ ਸਿਰਫ ਪੰਜਾਬੀ ਬਲਕਿ ਪੂਰੀ ਦੁਨੀਆ 'ਚ ਪੰਜਾਬ ਦਰਦੀ ਲੋਕ ਇਹ ਚਰਚਾ ਨੂੰ ਦੇਖਣ ਰਹੇ ਆ, ਉਤਸੁਕ ਹੈ। ਸੋ ਮੇਰੀ ਜਾਖੜ ਸਾਹਿਬ ਔਰ ਸੁਖਬੀਰ ਸਿੰਘ ਬਾਦਲ ਸਾਹਿਬ ਔਰ ਕਾਂਗਰਸ ਦੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਆ ਕਿ ਸਾਰੇ ਜਾਣੇ ਆਇਓ ਜ਼ਰੂਰ। ਜੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਵੀ ਕੋਈ ਸਰਕਾਰ ਦੀ ਕੋਈ ਕਤਾਈ, ਉਹਦਾ ਕਾਗਜ਼ ਲੈ ਕੇ ਆਇਓ, ਪਰ ਆ ਬਹਾਨੇ ਨਾ ਲਾਓ। ਕਦੀ ਕਹਿ ਦਿੰਦੇ VVIP ਸਿਕਿਉਰਿਟੀ ਜੀ, ਫਲਾਨਾ ਛੌਲੀ ਬਣ ਗਈ। ਦੇਖੋ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ, ਜਦੋਂ ਪਾਰਟੀਆਂ ਦੇ ਪ੍ਰਧਾਨ ਉੱਥੇ ਆ ਰਹੇ ਆ ਔਰ ਸ਼ਰੇਆਮ ਵਿਕਰਮ ਮਜੀਠੀਆ ਪ੍ਰਵੋਕ ਕਰ ਰਹੇ ਲੋਕਾਂ ਨੂੰ ਕਿ ਮਾਹੌਲ ਖਰਾਬ ਕਰੋ, ਇਹ ਔਨ ਰਿਕਾਰਡ ਹੈ ਉਹਨਾਂ ਦੀ ਸਟੇਟਮੈਂਟ ਪੰਜਾਬ ਯੂਨੀਵਰਸਿਟੀ 'ਚ। ਜਦੋਂ ਜਾਖੜ ਸਾਹਿਬ ਪ੍ਰਵੋਕ ਕਰ ਰਹੇ ਆ ਤੇ ਸਿਕਿਉਰਿਟੀ ਏਜੰਸੀਆਂ ਨੇ, ਇਹਨਾਂ ਦੀ ਵੀ ਸਿਕਿਉਰਿਟੀ ਦਾ ਸਾਡੀ ਜ਼ਿੰਮੇਵਾਰੀ ਆ, ਉਹਦਾ ਧਿਆਨ ਰੱਖਣਾ ਆ। ਇਹ ਬਹਾਨੇ ਨਾ ਲਾਓ। ਜੇ ਤੁਸੀਂ ਵਾਕਈ ਪੰਜਾਬ ਦਰਦੀ ਹੋ ਤੇ ਪੰਜਾਬ ਦੇ ਤਮਾਮ ਮੁੱਦਿਆਂ ਤੇ, ਪੰਜਾਬ ਦੇ ਪਾਣੀਆਂ ਤੇ, ਪੰਜਾਬ ਦੀ ਰਾਜਧਾਨੀ ਤੇ, BBMB ਦੀ ਸਾਡੀ ਜਿਹੜੀ ਨੁਮਾਇੰਦਗੀ ਖੋਈ ਆ, ਕਿਸਾਨ ਪਾਲਿਸੀ ਕਿਉਂ ਨਹੀਂ ਬਣੀ, ਪੰਜਾਬ ਦੇ ਨੌਜਵਾਨਾਂ ਨੂੰ ਕਿਹੜਾ ਤੁਸੀਂ ਰੋਜ਼ਗਾਰ ਦਿੱਤਾ ਕਿੰਨੇ ਸਾਲਾਂ 'ਚ, ਸਾਰੇ ਡਾਕੂਮੈਂਟ ਲੈ ਕੇ ਆਇਓ, ਆਪਣੇ ਕਾਗਜ਼ ਲੈ ਕੇ ਆਇਓ। ਔਰ ਪੰਜਾਬ ਸਰਕਾਰ ਨੇ ਵੀ ਕਿਤੇ ਕੋਈ ਕਤਾਈ ਕੀਤੀ ਆ ਮਾਨ ਸਾਹਿਬ ਦੀ ਸਰਕਾਰ ਨੇ ਤੇ ਉਹ ਵੀ ਕਾਗਜ਼ ਲੈ ਕੇ ਆਇਓ, ਪਰ ਚਰਚਾ ਤੋਂ ਨਾ ਭੱਜਿਓ। ਇਹੀ ਅਪੀਲ ਕਰਨ ਵਾਸਤੇ, ਬੇਨਤੀ ਕਰਨ ਵਾਸਤੇ ਅੱਜ ਮੈਂ ਮੀਡੀਆ ਦੇ ਰਾਹੀਂ ਸਾਰੇ ਵਿਰੋਧੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਇਹ ਇਨਵੀਟੇਸ਼ਨ ਵੀ ਦਿੰਦਾ ਔਰ ਉਹਨਾਂ ਨੂੰ ਅਪੀਲ ਕਰਦਾ ਕਿ ਆਉਣ ਜ਼ਰੂਰ। ਬਹੁਤ ਬਹੁਤ ਧੰਨਵਾਦ। ਦੇਖੋ ਜੀ, ਮੈਂ ਏਜੰਡਾ ਤੁਹਾਨੂੰ ਪਹਿਲੀ ਜਦੋਂ ਇਸ ਚਰਚਾ ਬਾਰੇ ਮੁੱਖ ਮੰਤਰੀ ਜੀ ਨੇ ਜਦੋਂ ਸ਼ੁਰੂਆਤ ਕੀਤੀ ਆ, ਉਹ ਪਹਿਲੇ ਟਵੀਟ 'ਚ ਤਮਾਮ ਪੰਜਾਬ ਦੇ ਏਜੰਡੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ, ਉਸ ਤੋਂ ਬਾਅਦ ਹੀ ਉਹਨਾਂ ਨੇ ਇਹ ਪੂਰਾ ਕੰਸੈਪਟ ਦੱਸਿਆ। ਉਹਦੇ ਬਾਰੇ ਸਾਰਾ ਕੁਝ ਕਲੀਅਰ ਹੈ। ਨਿਰਮਲ ਜੋੜਾ ਜੀ ਵੀ ਰਹਿਣਗੇ, ਉਹ ਮੰਚ ਸੰਚਾਲਨ ਕਰਨਗੇ ਮੰਨੇ। ਹਾਲਾਂਕਿ ਜਾਖੜ ਸਾਹਿਬ ਜਿੰਨਾ ਮਰਜ਼ੀ ਉਹਨਾਂ ਨੂੰ ਗਾਲਾਂ ਕੱਢਣ ਸਾਡੇ ਪੰਜਾਬੀਆਂ ਨੂੰ, ਉਹ ਬਹੁਤ ਵੱਡੇ ਸਾਹਿਤਕਾਰ ਹੈ। ਹੀ ਇਜ਼ ਆਲਸੋ ਏ ਫਾਰਮਰ ਡਾਇਰੈਕਟਰ ਯੂਥ ਵੈਲਫੇਅਰ ਪੰਜਾਬ ਯੂਨੀਵਰਸਿਟੀ। ਜਾਖੜ ਸਾਹਿਬ ਕਹਿ ਰਹੇ ਸੀ ਨਾ ਕਿ ਉਹਨਾਂ ਨੂੰ ਅਪਲਾਈਜ ਕੀਤਾ, ਜਾਖੜ ਸਾਹਿਬ ਅਕਾਲੀ ਦਲ, ਭਾਜਪਾ ਔਰ ਕਾਂਗਰਸ ਦੇ ਟਾਈਮ ਪੰਜਾਬ ਯੂਨੀਵਰਸਿਟੀ ਦੇ ਵੀ ਉਹ ਡਾਇਰੈਕਟਰ ਯੂਥ ਵੈਲਫੇਅਰ ਰਹੇ ਆ ਔਰ PAU 'ਚ ਅੱਜ ਕੱਲ੍ਹ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਔਰ ਮੰਚ ਸੰਚਾਲਨ 'ਚ ਜਾਣੇ ਜਾਂਦੇ ਆ, ਉਹ ਸਾਰੇ ਦੁਨੀਆ ਨੂੰ ਪਤਾ ਹੈ। ਔਰ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਪੂਰਾ ਟਾਈਮ ਦਿੱਤਾ ਜਾਊਗਾ, ਪੂਰੇ ਇਹ ਨਹੀਂ ਕਿ ਉਹਨਾਂ ਦੀ ਕੋਈ ਮਤਲਬ ਸੁਣਵਾਈ ਨਹੀਂ ਹੋਣੀ, ਕਿਉਂਕਿ ਇਹ ਲਾਈਵ ਟੈਲੀਕਾਸਟ ਹੋਣਾ, ਸਾਰੀ ਦੁਨੀਆ ਨੇ ਦੇਖਣਾ ਹੈ। ਔਰ ਸਾਡੀ ਮੰਸ਼ਾ, ਮੁੱਖ ਮੰਤਰੀ ਜੀ ਦੀ ਮੰਸ਼ਾ ਇਹ ਆ ਕਿ ਤਮਾਮ ਪੰਜਾਬ ਦੇ ਜਿਹੜੇ ਗੰਭੀਰ ਮੁੱਦੇ ਆ, ਜਿਹੜੇ ਮੁੱਦਿਆਂ 'ਤੇ ਜਿਹੜੀਆਂ ਪਾਰਟੀਆਂ ਜਦੋਂ ਰਾਜ ਕਰਦੀਆਂ ਉਦੋਂ ਚੁੱਪ ਵੱਟ ਲੈਂਦੀਆਂ, ਅਤੇ ਅੱਜ ਵੇਖੋ ਭਾਨੂਮਤੀ ਦਾ ਕੀ ਕਹਿੰਦੇ ਹੁੰਦੇ ਆ ਪੂਰਾ ਕੁਨਬਾ ਇਕੱਠਾ ਹੋ ਗਿਆ। ਜਿਹੜੇ ਮਜੀਠੀਆ ਸਾਹਿਬ ਸਿਮਰਨਜੀਤ ਮਾਨ ਸਾਹਿਬ ਨੂੰ ਗਾਲਾਂ ਕੱਢਦੇ ਸੀ, ਜਿਹੜੇ ਜਾਖੜ ਸਾਹਿਬ ਲਗਾਤਾਰ ਅਕਾਲੀ ਦਲ ਬਾਦਲ ਪਰਿਵਾਰ ਨੂੰ ਗਾਲਾਂ ਕੱਢਦੇ ਰਹੇ ਆ, ਉਹ ਸਾਰੇ ਇੱਕੋ ਲਾਈਨ 'ਚ ਖੜੇ ਸੀ ਉਦਣ। ਸਿਰਫ ਅਤੇ ਸਿਰਫ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੂੰ ਔਰ ਉਹਨਾਂ ਨੂੰ ਗਾਲਾਂ ਕੱਢਣ ਲਈ। ਅਸੀਂ ਫਿਰ ਵੀ ਕਹਿ ਰਹੇ ਹਾਂ ਤੁਹਾਡੇ ਕੋਲ ਸਾਡੇ ਖਿਲਾਫ਼ ਕੋਈ ਕਾਗਜ਼ ਹੈ, ਚਾਹੇ ਸੁਪਰੀਮ ਕੋਰਟ 'ਚ, ਮਜੀਠੀਆ ਸਾਹਿਬ ਜੇ ਸੁਪਰੀਮ ਕੋਰਟ 'ਚ ਕਿਤੇ ਵੀ ਮਾਨ ਸਾਹਿਬ ਦੀ ਸਰਕਾਰ
ਪੰਜਾਬ ਦੇ ਪਾਣੀਆਂ ਦੇ ਖਿਲਾਫ ਭੁਗਤੀ ਹੋਵੇ ਤਾਂ ਆਪਣਾ ਕਾਗਜ਼ ਜਿਹੜਾ ਹੈ ਸੁਖਬੀਰ ਬਾਦਲ ਨੂੰ ਦੇ ਕੇ ਭੇਜਿਓ, ਮੇਰੀ ਚੁਣੌਤੀ ਆ, ਨਹੀਂ ਤੇ ਮਾਫੀ ਮੰਗਿਓ ਕੱਲ ਨੂੰ।